ਸਾਲ ਹੋ ਗਿਆ ਕੀ ਸ਼ੂਗਰ ਹੈ ਤੁਹਾਨੂੰ? ਘਰ ਦੇ ਕਿਸੇ ਬੰਦੇ ਨੇ ਇਲਾਜ ਕਰਾਇਆ ਤੁਹਾਡਾ? ਕਹਿੰਦੇ ਸੀ ਕਰਾਇਆ ਨਹੀਂ? ਕਬ ਸੇ ਬਿਮਾਰ ਹੈ ਯੇ? ਕਾਫੀ ਦੇਰ ਸੇ। ਕੀ ਨਾਮ ਹੈ ਜੀ ਤੁਹਾਡਾ? ਮੈਂ ਪੈਰ ਨਹੀਂ ਬਣਾ ਰਹੀ। ਕੀ ਨਾਮ ਹੈ ਤੁਹਾਡਾ? ਕੋਈ ਨਹੀਂ, ਬਾਹਰ ਕਰ ਦਿੰਦੇ। ਨਾਮ ਕੀ ਹੈ ਤੁਹਾਡਾ ਜੀ? ਮੇਰਾ ਹਰਿਆਵਾ ਮੰਗਲਤਾ। ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਤਰ੍ਹਾਂ ਬਿਮਾਰ ਪਏ ਨੂੰ? ਬੋਲੋ ਬੋਲੋ। ਬਿਮਾਰ ਪਏ ਨੂੰ ਕਿੰਨੀ ਦੇਰ ਹੋ ਗਈ ਜੀ ਤੁਹਾਨੂੰ? ਕੋਈ ਦੇ ਸਾਲ ਹੀ ਹੋ ਗਿਆ। ਸਾਲ ਹੋ ਗਿਆ। ਕੀ ਸ਼ੂਗਰ ਹੈ ਤੁਹਾਨੂੰ? ਤੇ ਦੱਸੋ ਵੀ ਜੇ ਤੁਹਾਡੇ ਕੋਈ ਘਰ ਦੇ ਇਲਾਜ ਨਹੀਂ ਕਰਾਇਆ ਕਿਸੇ ਘਰ ਦੇ ਨੇ ਤੁਹਾਡਾ, ਘਰ ਦੇ ਕਿਸੇ ਬੰਦੇ ਨੇ ਇਲਾਜ ਕਰਾਇਆ ਤੁਹਾਡਾ? ਕਹਿੰਦੇ ਸੀ ਕਰਾਇਆ ਨਹੀਂ? ਅੱਛਾ ਜੀ, ਫਿਰ ਗਏ ਨਹੀਂ ਤੁਸੀਂ? ਤੁਸੀਂ ਨਹੀਂ ਗਏ? ਤੁਸੀਂ ਗਏ ਸੀ? ਗਏ ਸੀ। ਡਾਕਟਰ ਸਾਹਿਬ ਕੀ ਕਹਿੰਦੇ ਸੀ? ਦੱਸੋ ਮਾੜਾ ਜੀ, ਡਾਕਟਰ ਸਾਹਿਬ ਕੀ ਕਹਿੰਦੇ ਸਾਨੂੰ ਇੱਕ ਗੱਲ ਸੁਣਦਾ ਭਰਾਵਾ ਪੰਜਾਬੀ, ਸਾਨੂੰ ਤੇਰੇ ਨਾਲ ਸਾਡਾ ਵੈਰੀ ਨੀ, ਤੇਰੇ ਨਾਲ ਸਾਡਾ ਕੋਈ ਵੈਰ ਨੀ। ਅਸੀਂ ਇਨਸਾਨੀਅਤ ਦੇ ਨਾਂ ਤੇ ਗੱਲ ਕਰਦੇ, ਸਿਰਫ ਸਾਨੂੰ ਇਨਸਾਨੀਅਤ ਨਾਲ ਪਿਆ। ਸਾਨੂੰ ਤਾਂ ਇਹ ਆ ਬਈ ਉਹ ਪਈ ਆ, ਉਹਨੂੰ ਦੌੜ ਆ ਬਹੁਤ ਤੰਗ ਪਈ ਹੈ ਨਾ ਸਾਨੂੰ। ਨਾ ਤੂੰ ਸਾਡਾ ਕੋਈ ਦੁਸ਼ਮਣ, ਨਾ ਤੇਰੇ ਨਾਲ ਸਾਡਾ ਕੋਈ ਦਾਸ, ਕਿਸੇ ਚੀਜ਼ ਦਾ ਵੀ ਕੋਈ, ਸਿਰਫ ਅਸੀਂ ਇਨਸਾਨੀਅਤ ਦੇ ਨਾਂ ਤੇ ਆਏ। ਸਾਨੂੰ ਦੋ ਤਿੰਨ ਦਿਨ ਤੋਂ ਉੱਥੋਂ ਵੀਰਾਂ ਨੇ ਵੀਡੀਓ ਭੇਜੀਆਂ ਸੀ ਜੀ ਛੱਤ ਤੋਂ, ਕਿਉਂਕਿ ਧੁੱਪ ਦੇ ਵਿੱਚ ਪਈ ਸੀ, ਮੀਂਹ ਦੇ ਵਿੱਚ ਪਈ ਸੀਗੀ, ਬਾਹਰ ਬਹੁਤ ਮਾੜੇ ਹਾਲਾਤਾਂ 'ਚ ਪਈ ਸੀ। ਇਹਦਾ ਪਰਿਵਾਰ ਇਹਨੂੰ ਕੁੰਡਾ ਲਾ ਕੇ ਬਾਹਰੋਂ ਆਪ ਚਲਾ ਜਾਂਦਾ ਸੀ, ਦੋ ਦੋ ਤਿੰਨ ਤਿੰਨ ਦਿਨ ਘਰੇ ਨਹੀਂ ਆਉਂਦਾ ਸੀ, ਉਹ ਭੁੱਖੀ 'ਚ ਆਈ ਛੱਤ 'ਤੇ ਪਈ ਰਹਿੰਦੀ ਸੀ ਜੀ। ਉਹ ਹਾਲਾਤ ਵੇਖ ਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ। ਜਦੋਂ ਅਸੀਂ ਹਾਲਾਤ ਵੇਖੇ, ਉਹਦੇ ਪੈਰਾਂ ਦੇ ਵਿੱਚ ਵੀ ਕੀੜੇ ਪੈ ਚੁੱਕੇ ਆ, ਦੋਨੇ ਪੈਰ ਵੱਢਣ ਵਾਲੇ ਹੋਏ ਪਏ ਆ ਜੀ, ਬਹੁਤ ਮਾੜੇ ਹਾਲਾਤ ਆ ਜੀ। ਪ੍ਰਸ਼ਾਸਨ ਦੇ ਸਾਥ ਦੇ ਨਾਲ ਅਸੀਂ ਸਿਵਲ ਹੋਸਪਿਟਲ ਕੇਰਾਂ ਨੂੰ ਲੈ ਕੇ ਚੱਲੇ ਹਾਂ ਜੀ। ਬਾਕੀ ਦੇਖਦੇ ਹਾਂ ਕਿ ਪ੍ਰਸ਼ਾਸਨ ਕਿਵੇਂ ਸਾਥ ਦਿੰਦਾ, ਜੇ ਸਾਨੂੰ ਲਿਜਾਣਾ ਪਿਆ ਅਸੀਂ ਆਪਦੇ ਨਾਲ ਆਸ਼ਰਮ ਦੇ ਵਿੱਚ ਇਹਨੂੰ ਲਿਜਾ ਕੇ ਇਹਦੀ ਸਾਂਭ ਸੰਭਾਲ ਕਰਾਂਗੇ। ਇਹਦੇ ਘਰ ਵਾਲੇ ਨੇ ਜਵਾਬ ਦਿੱਤਾ ਜੀ? ਉਹ ਬਸ ਜੀ, ਉਹ ਤਾਂ ਉਹ ਗੱਲ ਕਰ ਰਿਹਾ ਜੀ, ਮੈਂ ਕੋਸ਼ਿਸ਼ ਕੀਤੀ, ਪਰ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹਦੇ ਆਹ ਹਾਲਾਤ ਨਹੀਂ ਹੋਣੇ ਸੀ, ਉਹਦੇ ਪੈਰਾਂ 'ਚ ਕੀੜੇ ਨਹੀਂ ਪੈਣੇ ਸੀ ਜੇ ਆਪਾਂ ਕੋਸ਼ਿਸ਼ ਕਰਕੇ। ਪਰ ਇਹ ਹਾਲਾਤ ਨਹੀਂ ਹੁੰਦੇ, ਚਲੋ ਅੱਜ ਤਾਂ ਉਹ ਕਹਿ ਰਿਹਾ ਮੈਂ ਕੋਸ਼ਿਸ਼ ਕੀਤੀ ਸੀ, ਆਏ ਸੀ, ਪਰ ਉਹਨੇ ਕੋਸ਼ਿਸ਼ ਨਹੀਂ ਕੀਤੀ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਮਿਲੀ ਹੈ ਗੁੜੀਆ, ਲੱਗਦਾ ਵੀ ਇਹਨਾਂ ਦੇ ਪਰਿਵਾਰ ਪਿੱਛੋਂ ਜਿਹੜਾ ਬੇਕਾ ਪਰਿਵਾਰ ਹੈ ਕਿਸੇ ਨੇ? ਨਹੀਂ, ਹਜੇ ਪਿੱਛੋਂ ਤੱਕ ਸਾਨੂੰ ਪਤਾ ਨਹੀਂ, ਇਹਦੇ ਬਾਰੇ ਅਸੀਂ ਪਤਾ ਨਹੀਂ ਕੀਤਾ ਵੀ ਕਿੱਥੋਂ ਆ ਕਿੱਥੋਂ ਨਹੀਂ। ਘਰ ਵਾਲੇ ਦੇ ਕਾਰਵਾਈ ਦੀ ਮੰਗ ਕਰੋਗੇ? ਨਹੀਂ,
ਤੋਂ ਰੱਬ ਆਪ ਹੀ ਕਾਰਵਾਈ ਕਰੂ, ਅਸੀਂ ਕਿਸੇ ਦੀ ਕਾਰਵਾਈ ਕਾਹਦੀ ਕਰਾਉਣੀ ਜੀ, ਪਰਮਾਤਮਾ ਆਪ ਹੀ ਵੇਖਦਾ ਉਹਨੇ ਆਪ ਕਿਸੇ ਜਿੰਦੇ ਜੀ ਨੂੰ ਇਸ ਤਰ੍ਹਾਂ ਸੁੱਟ ਦੇਣਾ। ਹਾਂ ਬਹੁਤ, ਇਹਦੂ ਵੱਧ ਮਰੀਅਤ ਇਨਸਾਨੀਅਤ ਕੋਈ ਹੋ ਨਹੀਂ ਸਕਦੀ, ਮਰੀ ਇਨਸਾਨੀਅਤ ਆ ਜੀ, ਇਦੂ ਵੱਧ ਕੋਈ ਮਰ ਨਹੀਂ ਸਕਦੀ ਇਨਸਾਨੀਅਤ। ਇਹ ਜਿਸ ਤਰ੍ਹਾਂ ਹੁਣ ਤੁਸੀਂ ਪਾਇਆ ਜੀ, ਇਹ ਇਹ ਛੱਤ 'ਤੇ ਹੀ ਰੱਖਿਆ ਹੋਇਆ ਸੀ? ਹਾਂਜੀ, ਛੱਤ ਦੇ ਉੱਪਰ ਹੀ ਪਏ ਸੀ ਜੀ, ਮੱਛਰ ਵੀ ਇੰਨਾ ਸੀ ਉੱਥੇ, ਨਾ ਕੋਈ ਪੱਖਾ ਲੱਗਾ ਸੀਗਾ, ਕੁਛ ਵੀ ਨਹੀਂ ਸੀ। ਇਸ ਟਾਈਮ ਜਿਹੜੇ ਹਾਲਾਤ ਪੈਰਾਂ ਦੇ, ਮਤਲਬ ਹਾਲਾਤ ਐਵੇਂ ਦੇ ਕਿ ਵੱਢਣੇ ਪੈਣਗੇ? ਨਹੀਂ, ਹਜੇ ਅਸੀਂ ਕੋਸ਼ਿਸ਼ ਕਰਾਂਗੇ ਵੀ ਨਾ ਵੱਢਣੇ ਪੈਣ, ਅਤੇ ਬਾਕੀ ਵਾਹਿਗੁਰੂ ਜੀ ਆਉਂਦਾ ਜੀ, ਧੰਨਵਾਦ। ਇਹ ਆਪਕੀ ਵਾਈਫ ਹੈ ਜੀ? ਬੋਲਦੀ ਹੈ ਭਈਆ। ਨਹੀਂ ਨਹੀਂ, ਆਪਕੀ ਵਾਈਫ ਹੈ ਜੀ? ਕਿਤਨਾ ਬਤਾ ਦੀ ਆਪ ਵਾਈਫ ਹੈ ਆਪਕੀ? ਭਈਆ ਬੋਲਦੀ ਹੈ, ਮੈਨੇ ਉਹਨੂੰ। ਨਹੀਂ ਨਹੀਂ, ਆਪ ਬਤਾ ਦੀ ਜੀ ਵਾਈਫ ਹੈ? ਕਹਿ ਦੀ ਹੈ ਨਾ, ਮੈਨੇ ਉਹਨੂੰ ਬੋਲ ਦਿਆ। ਕਿਨ ਕੋ ਬੋਲਦੇ ਜੀ? ਉਹ ਭਈਆ ਕੋ ਬੋਲਦੀ ਹੈ, ਜੋ ਵੀ ਹੈ। ਇਹ ਸੁਸਾਇਟੀ ਵਾਲੇ ਕੋ ਬੋਲਾ ਜੀ? ਹਾਂ ਜੀ, ਬੋਲਦੀ ਹੈ। ਕਬ ਸੇ ਬਿਮਾਰ ਹੈ ਇਹ? ਕਾਫੀ ਦੇਰ ਸੇ। ਕਾਫੀ ਦੇਰ ਸੇ ਹੁਆ ਕਿ ਇਨਕੋ? ਉਨਕੋ ਸ਼ੂਗਰ ਹੈ, ਮੈਂਟਲੀ ਅਪਸੈਟ ਹੈ। ਮੈਂਟਲੀ ਅਪਸੈਟ ਹੈ? ਕੀ ਨਾਂ ਇਹਨਾਂ ਦਾ? ਨਾਮ ਕਿਆ ਜੀ ਇਨਕਾ? ਗੀਤਾ। ਔਰ ਆਪਕਾ ਨਾਮ ਕਿਆ ਹੈ? ਕੇਵਲ ਕ੍ਰਿਸ਼ਨ। ਇਹ ਬ੍ਰਹਮ ਨਗਰੀ ਇੱਕ ਲੇਡੀ ਹੈ, ਗੀਤਾ, ਵਾਈਫ ਆਫ ਕੇਵਲ ਕ੍ਰਿਸ਼ਨ। ਉਹਨੂੰ ਲੇਡੀ ਨੂੰ ਸ਼ੂਗਰ ਵਗੈਰਾ ਪੈਰ ਪੁਰ ਕਾਫੀ ਖਰਾਬ ਹੋਏ ਪਿਆ, ਉਹਨੂੰ ਅਸੀਂ ਹੋਸਪਿਟਲ ਵਿੱਚ ਇਲਾਜ ਲਈ, ਨਾਲ ਸਾਡੇ ਸਿਵਲ ਸਟਾਫ ਆ, ਹੋਸਪਿਟਲ ਲਿਜਾਣ ਵਾਸਤੇ ਆਇਆ ਹੈ। ਕਿੰਨੇ ਟਾਈਮ ਤੋਂ ਭਾਜੀ ਐਵੇਂ ਪਈ ਹੈ ਜੀ? ਤੁਹਾਨੂੰ ਕਿਵੇਂ ਕਿਵੇਂ ਤਾਂ ਅੱਜ ਸ਼ਾਮ ਨੂੰ ਪਤਾ ਲੱਗਾ ਅਤੇ ਅਸੀਂ ਉਸ ਵੇਲੇ ਆਏ ਜਦੋਂ ਸਾਨੂੰ ਪਤਾ ਲੱਗਾ। ਤੁਹਾਨੂੰ ਕਿੰਨੀ ਇਨਫੋਰਮੇਸ਼ਨ ਦਿੱਤੀ ਵੀ? ਆਂਢ ਗੁਆਂਢ ਤੋਂ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ। ਇਸ ਟਾਈਮ ਹਾਲਤ ਕੀ ਹੈ ਲੇਡੀ ਦੀ? ਠੀਕ ਨੇ, ਬੋਲ ਰਹੀ ਹੈ, ਗੱਲਾਂ ਬਾਤਾਂ ਕਰ ਰਹੀ ਹੈ, ਬਟ ਉਹਨਾਂ ਦੇ ਪੈਰਾਂ 'ਚ ਸ਼ੂਗਰ ਕਰਕੇ ਕਾਫੀ ਜ਼ਖਮ ਨੇ। ਬਾਕੀ ਤਾਂ ਇਹ ਸਿਵਲ ਹੋਸਪਿਟਲ ਐਡਮਿਟ ਕਰਾਉਣੇ, ਉੱਥੇ ਪਤਾ ਲੱਗੇਗਾ। ਪਰਿਵਾਰ ਨਾਲ ਹੀ ਰਹਿੰਦਾ ਉਹਨਾਂ ਦਾ? ਹਾਂ, ਪਰਿਵਾਰ ਨਾਲ ਹੀ ਆ, ਉਹਨਾਂ ਦੀ ਬੇਟੀ ਹੈ, ਇੱਕ ਉਹਨਾਂ ਦੇ ਹਸਬੈਂਡ ਵੀ ਹੈ। ਅਤੇ ਪਰਿਵਾਰ ਵੱਲੋਂ ਉਹਨਾਂ ਦਾ ਹੈਂਡੀਕੈਪ? ਪਰਿਵਾਰ ਵੱਲੋਂ ਉਹਨਾਂ ਨੂੰ ਨਹੀਂ ਲੈ ਕੇ ਜਾਇਆ ਗਿਆ ਹੋਸਪਿਟਲ? ਨਹੀਂ, ਉਹ ਕਹਿੰਦੇ ਪਹਿਲਾਂ ਉਹਨੂੰ ਹੋਸਪਿਟਲ ਹੀ ਰੱਖਿਆ ਸੀ, ਇਲਾਜ ਕਰਾਇਆ। ਭਾਈ ਸੁਣਨ 'ਚ ਆਇਆ ਜਿਵੇਂ ਦੀ ਆ ਦੂਜਾ ਕਿ ਤੀਜਾ ਵਿਆਹ, ਐਵੇਂ ਕੋਈ ਮਾਮਲਾ ਵੀ ਆਇਆ? ਨਹੀਂ, ਇਹ ਜ਼ਿਆਦਾ ਸਾਨੂੰ ਅਜੇ ਨਹੀਂ ਪਤਾ ਡਿਟੇਲ 'ਚ, ਜਿੰਨਾ ਕੁ ਸਾਨੂੰ ਪਤਾ ਜੀ ਵੈਰੀਫਾਈ ਕਰ ਲਵਾਂਗੇ।